माता पिता वारे वारे लाल चारे ते वारो वार उस वारियां दितियां ने उसने अपना सब कुछ वार के ते जाना बहुत प्यारियां दितियां ने केड़ी चीज उस अपने पास रखी ते तेनू शक्तियां सारियां दितियां ने लखां विचों तू कला पहचान सके ककारा नाल सरदारियां दितियां ने मेरे दाते ककारा नाल सरदारियां दितियां ने ओए उथे लोड की किकरा टालियां दी ते जिथे बोड़ दी ठंडड़ी शां होवे ओनू लोड़ की तीर्थां जान दिए ते जींदी रब वर्गी करमा होवे हो मां उच्चा मंदर है इक लोको ते जीनू रब भी सीस निवाए जिन्ना कीती है सेवा मापियां दी ओ कदे भी दुख ना पाए ओ कदे भी दुख ना पाए आओ कथा सुनावा उस पुत्रां दे दानी दी ओ रत रंगी तस्वीर दिखावा मर्द लसानी दी आओ कथा सुनावा उस पुत्रां दे दानी दी रत रंगी तस्वीर दिखावा मर्द लसानी दी ओ जग विच तुम्मा पईयां रण दे शाह सवार दियां तईयों लोकी सिफता कर दे कलगी तार दियां ताइयों लोकी सिवता कर दे कलगी तार दियां हो था था हुंदे जुल्म वेख के सहना सकिया सी मां गुजरी दा सिर नंगा कर पारत टकिया सी हो था था हुंदे जुल्म वेख के सहना सकिया सी मां गुजरी दा सिर नंगा कर पारत टकिया सी ओ निया कीतियां खोखलियां नियां कीतियां खोखलियां जुल्मे सरकार दियां ताइयों लोकी सिवता कर दे कलगी तार दियां ताइयों लोकी सिवता कर दे कलगी तार दियां हो सदियां तो विगड़ी होई तकदीर सवारी सी केस गड़ी विच सिर लैके दित्ती सरदारी सी हो सदियां तो विगड़ी होई तकदीर सवारी सी केस गड़ी विच सिर लैके दित्ती सरदारी सी ओ सुन गारे हिक्का तड़कियां बाई तार दियां ताइयों लोकी सिवता कर दे कलगी तार दियां ताइयों लोकी सिवता कर दे कलगी तार दियां ओ पुल्ले होए मुड़ याद कराए फर्ज जवानी दे खून डोल के तोते लगे दाग गुलामी दे ओ पुल्ले होए मुड़ याद कराए फर्ज जवानी दे खून डोल के तोते लगे दाग गुलामी दे ओ तकिया जलवा चुक गया तकिया जलवा चुक गया अखां संसार दियां ताइयों लोकी सिवता कर दे कलगी तार दियां ताइयों लोकी सिवता कर दे कलगी तार दियां ओ पंथ दा मैल बनावण लई हो
ਮਹਿਲ ਬਣਾਵਣ ਲਈ ਚਣਵਾਇਆ ਪੁੱਤਰਾਂ ਨੂੰ। ਦੇਸ਼ ਲਈ ਮਿਟ ਜਾਵਣ ਦਾ ਗੁਰ ਸਮਝਾਇਆ ਪੁੱਤਰਾਂ ਨੂੰ। ਉਹ ਪੰਥ ਦਾ ਮਹਿਲ ਬਣਾਵਣ ਲਈ ਚਣਵਾਇਆ ਪੁੱਤਰਾਂ ਨੂੰ। ਦੇਸ਼ ਲਈ ਮਿਟ ਜਾਵਣ ਦਾ ਗੁਰ ਸਮਝਾਇਆ ਪੁੱਤਰਾਂ ਨੂੰ। ਹੋ ਵਿੱਚ ਚਮਕੌਰ ਚੜਾਈਆਂ ਜੰਜਾਂ ਜੀਤ ਜੁਝਾਰਦੀਆਂ। ਤਾਈਓ ਲੋਕੀ ਸਿਵਤਾ ਕਰਦੇ ਕਲਗੀ ਤਾਰਦੀਆਂ। ਤਾਈਓ ਲੋਕੀ ਸਿਵਤਾ ਕਰਦੇ ਕਲਗੀ ਤਾਰਦੀਆਂ। ਹੋ ਛੋਟੀਆਂ ਜਿੰਦਾਂ ਨੇ ਸੀ ਵੱਡੇ ਸਾਕੇ ਕਰ ਦਿੱਤੇ। ਸੱਚ ਦੇ ਮਾਰਗ ਚੱਲ ਕੇ ਸਾਨੂੰ ਸਬਕ ਪੜਾ ਦਿੱਤੇ। ਹੋ ਛੋਟੀਆਂ ਜਿੰਦਾਂ ਨੇ ਸੀ ਵੱਡੇ ਸਾਕੇ ਕਰ ਦਿੱਤੇ। ਸੱਚ ਦੇ ਮਾਰਗ ਚੱਲ ਕੇ ਸਾਨੂੰ ਸਬਕ ਪੜਾ ਦਿੱਤੇ। ਹੋ ਸਿਫਤਾਂ ਖਾਲਸੇ ਵੀਰਾਂ ਗਾਉਣੀਆਂ। ਸਿਫਤਾਂ ਖਾਲਸੇ ਵੀਰਾਂ ਗਾਉਣੀਆਂ ਸੱਚੀ ਸਰਕਾਰ ਦੀਆਂ। ਤਾਈਓ ਲੋਕੀ ਸਿਫਤਾਂ ਕਰਦੇ ਕਲਗੀ ਤਾਰਦੀਆਂ। ਤਾਈਓ ਲੋਕੀ ਸਿਫਤਾਂ ਕਰਦੇ ਕਲਗੀ ਤਾਰਦੀਆਂ। ਕਲਗੀ ਤਾਰਦੀਆਂ, ਕਲਗੀ ਤਾਰਦੀਆਂ। ਜੇ ਨਾ ਹੁੰਦਾ ਗੁਰੂ ਗੋਬਿੰਦ ਸਿੰਘ ਇਹ ਭਾਰਤ ਦੇਸ਼ ਮਹਾਨ ਨਾ ਹੁੰਦਾ। ਨਾ ਹਿੰਦੂ ਹੁੰਦੇ, ਨਾ ਹਿੰਦੀ ਹੁੰਦੀ, ਅੱਜ ਇਹ ਹਿੰਦੁਸਤਾਨ ਨਾ ਹੁੰਦਾ। ਮੰਦਿਰ ਸ਼ਿਵਾਲੇ ਠਾਕੁਰ ਦੁਆਰੇ ਪਾਠ ਪੂਜਾ ਵਖਿਆਣ ਨਾ ਹੁੰਦਾ। ਇਹ ਟਿੱਕੇ ਜੰਜੂ ਨਜ਼ਰ ਨਾ ਆਉਂਦੇ ਜੇ ਪਿਤਾ ਗੁਰੂ ਕੁਰਬਾਨ ਨਾ ਹੁੰਦਾ। ਜੇ ਨਾ ਸੱਜਦਾ ਪੰਥ ਖਾਲਸਾ ਹਰ ਕੋਈ ਇੱਥੇ ਖਾਨ ਹੀ ਹੁੰਦਾ। ਲਹਿਰਾਉਣਾ ਸੀ ਹਰਾ ਹੈਦਰੀ ਜੇਕਰ ਨੀਲਾ ਕੇਸਰੀ ਨਿਸ਼ਾਨ ਨਾ ਹੁੰਦਾ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਰਸਨਾ ਨੂੰ ਕਰੋ ਪਵਿੱਤਰ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਬੁਲਾਈ ਹੋਈ ਫਤਿਹ, ਗੱਜ ਗੱਜ ਕੇ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਨੇ ਗਿੱਦੜਾਂ ਤੋਂ ਸ਼ੇਰ ਬਣਾਇਆ, ਸੁੱਤੀ ਹੋਈ ਕੌਮ ਨੂੰ ਅਣਖ ਤੇ ਗੈਰਤੀ ਜ਼ਿੰਦਗੀ ਜਿਉਣ ਦਾ ਢੰਗ ਦਿੱਤਾ ਹੈ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਦੀਆਂ ਤਿੰਨ ਸ਼ਾਦੀਆਂ ਇਤਿਹਾਸ ਵਿੱਚ ਦਰਸਾਈਆਂ ਗਈਆਂ ਹਨ। ਪਹਿਲੀ ਸ਼ਾਦੀ ਮਾਤਾ ਜੀਤੋ ਜੀ ਨਾਲ ਹੋਈਏ ਅਤੇ ਦੂਸਰੀ ਸ਼ਾਦੀ ਮਾਤਾ ਸੁੰਦਰ ਕੌਰ ਜੀ ਨਾਲ ਹੋਈਏ ਅਤੇ ਇਹ ਤੀਸਰੀ ਸ਼ਾਦੀ ਜੋ ਕਿ ਮਾਤਾ ਸਾਹਿਬ ਕੌਰ, ਜੋ ਕਿ ਰੋਹਤਾਸ ਦੀ ਧਰਤੀ ਜੋ ਪਾਕਿਸਤਾਨ ਦੇ ਵਿੱਚ ਹੈ, ਉਹ ਰੋਹਤਾਸ ਦਾ ਨਗਰ ਜਿਸ ਵਿੱਚ ਮਾਤਾ ਦਾ ਪ੍ਰਕਾਸ਼, ਮਾਤਾ ਦਾ ਜਨਮ ਹੋਇਆ ਹੈ, ਭਾਈ ਰਾਮਾ ਜੀ ਦੇ ਘਰ ਅਤੇ ਮਾਤਾ ਜਸ ਦੇਵੀ ਜੀ ਦੀ ਕੁੱਖ ਨੂੰ ਭਾਗ ਲਾਇਆ ਅਤੇ ਉਸ ਸਮੇਂ ਤੇ ਉਹਨਾਂ ਨੇ ਨਾਮ ਰੱਖਿਆ ਹੈ ਸਾਹਿਬ ਦੇਵਾ, ਜੋ ਕਿ ਸ਼ੁਰੂ ਤੋਂ ਹੀ ਗੁਰੂ ਦੇ ਨਾਲ ਪ੍ਰੀਤ ਅਤੇ ਅਕਾਲ ਪੁਰਖ ਦਾ ਸਿਮਰਨ ਕਰਨ ਵਾਲੇ ਸਨ। ਸਮਾਂ ਬੀਤਦਾ ਗਿਆ, ਭਾਈ ਰਾਮਾ ਜੀ ਨੇ ਦਿਲ ਵਿੱਚ ਹੈ ਕਿ ਇਸ ਆਪਣੀ ਸਪੁੱਤਰੀ ਦੀ ਸ਼ਾਦੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨਾਲ ਹੀ ਕੀਤੀ ਜਾਵੇ। ਜਦੋਂ ਸਮਾਂ ਬੀਤਦਾ ਗਿਆ ਤੇ ਹੁਣ ਰੋਹਤਾਸ ਦੀ ਧਰਤੀ ਤੋਂ ਸੰਗਤਾਂ ਦੇ ਨਾਲ ਤੁਰੇ ਨੇ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਉੱਥੇ ਜਾ ਕੇ ਉਹਨਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ ਤੇ ਦਰਸ਼ਨ ਕਰਕੇ ਸੰਗਤਾਂ ਦੇ ਵਿੱਚ ਬੈਠੇ ਹੋਏ ਕਹਿਣ ਲੱਗੇ ਨੇ, ਕਲਗੀਧਰ ਦਸ਼ਮੇਸ਼ ਪਿਤਾ ਜੀ, ਇਹ ਸਾਡੀ ਸਪੁੱਤਰੀ ਸਾਹਿਬ ਦੇਵਾ ਜੋ ਕਿ ਬਹੁਤ ਹੀ ਗੁਰੂ ਘਰ ਦੇ ਨਾਲ ਪਿਆਰ ਕਰਦੇ ਨੇ ਅਤੇ ਨਾਲ ਹੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਅਤੇ ਨਾਲ ਹੀ ਗੁਰੂ ਦੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਕੇ ਰੱਖਦੇ ਨੇ। ਜਦੋਂ ਇਹ ਗੱਲਾਂ ਕਹੀਆਂ ਤੇ ਉਸ ਸਮੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਮੁਸਕਰਾਏ ਨੇ ਤੇ ਕਹਿਣ ਲੱਗੇ, ਭਾਈ ਰਾਮਾ ਜੀ ਕੀ ਕਹਿਣਾ ਚਾਹੁੰਦੇ ਹੋ? ਤੇ ਉਸ ਸਮੇਂ ਕਹਿਣ ਲੱਗੇ ਨੇ ਕਿ ਇਹ ਆਪਣੀ ਸਪੁੱਤਰੀ ਦੀ ਸ਼ਾਦੀ ਆਪ ਜੀ ਦੇ ਨਾਲ ਕਰਨਾ ਚਾਹੁੰਦੇ ਨੇ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਨੇ, ਮਾਤਾ ਜੀਤੋ ਤੋਂ ਬਾਅਦ ਜੋ ਕਿ ਅਕਾਲ ਚਲਾਣਾ ਕਰ ਗਏ ਸਨ, ਉਸ ਤੋਂ ਬਾਅਦ ਉਹਨਾਂ ਨੇ ਗ੍ਰਿਸਤ ਧਰਮ ਦੇ ਜੋ ਕਿ ਤਿਆਗ ਦਿੱਤਾ ਸੀ, ਉਹ ਨਹੀਂ ਚਾਹੁੰਦੇ ਸਨ ਗ੍ਰਿਸਤ ਧਰਮ ਦੇ ਵਿੱਚ ਆਉਣਾ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕਿਹਾ ਕਿ ਤੁਹਾਡੀ ਜੋ ਮੰਗ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ 'ਤੇ ਉਹ ਪੂਰੀ ਹੋਵੇਗੀ, ਪਰ ਮੈਂ ਆਪਣਾ ਇਹ ਧਰਮ ਨੂੰ ਨਹੀਂ ਛੱਡਾਂਗਾ। ਅਤੇ ਨਾਲ ਹੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਕਹਿਣ ਲੱਗੇ ਨੇ ਕਿ ਗ੍ਰਿਸਤ ਧਰਮ ਦੇ ਵਿੱਚ ਨਹੀਂ, ਇਹ ਕੁਮਾਰੇ ਡੋਲੇ ਦੇ ਵਿੱਚ ਰਹਿਣਗੇ। ਉਸ ਸਮੇਂ 'ਤੇ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਦੀ ਮਾਤਾ ਸਾਹਿਬ ਦੇਵਾਂ ਜੀ ਨਾਲ ਹੋਈਏ
ਅਤੇ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਨਾਲ ਹੀ ਉਹਨਾਂ ਦੇ ਭਰਾਤਾ ਸਾਹਿਬ ਚੰਦ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਹਿਬ ਸਿੰਘ ਸੱਜ ਗਏ ਨੇ ਜੋ ਇਤਿਹਾਸ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪੂਰਨੇ ਪਾਏ ਨੇ ਸਤ ਸੰਗਤ। ਉਸ ਤੋਂ ਬਾਅਦ ਉਹਨਾਂ ਦਾ ਜੀਵਨ ਕੈਸਾ ਹੈ, ਕੈਸੀ ਉਹਨਾਂ ਦੀ ਵਡਮੁੱਲੀ ਸ਼ਖਸੀਅਤ ਹੈ। ਜਦੋਂ ਮਾਤਾ ਸਾਹਿਬ ਕੌਰਾਂ ਜੀ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਨੇ, ਉਸ ਤੋਂ ਬਾਅਦ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਦੇ ਨੇ ਅਤੇ ਨਾਲ ਹੀ ਸੱਸ ਮਾਤਾ ਮਾਤਾ ਗੁਜਰ ਕੌਰ ਦੇ ਚਰਨਾਂ 'ਤੇ ਸੀਸ ਝੁਕਾਉਂਦੇ ਨੇ। ਸੀਸ ਝੁਕਾ ਕੇ ਉਸ ਤੋਂ ਬਾਅਦ ਆਪ ਸੇਵਾ ਕਰਦੇ ਨੇ, ਲੰਗਰ ਦੇ ਵਿੱਚ ਸੇਵਾ ਕਰਦੇ ਨੇ ਅਤੇ ਨਾਲ ਹੀ ਜੋ ਕਿ ਜੂਠੇ ਬਰਤਨ ਸੰਗਤਾਂ ਦੇ ਉਹ ਵੀ ਸਾਫ਼ ਕਰਦੇ ਨੇ, ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸੇਵਾ ਕਰਦੇ ਨੇ। ਜਦੋਂ ਸੇਵਾ ਕਰਦਿਆਂ ਕਰਦਿਆਂ ਉਹਨਾਂ ਦੀ ਵਡਮੁੱਲੀ ਸ਼ਖਸੀਅਤ ਨੂੰ ਦੇਖਿਆ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ, ਪਰ ਇਸ ਸ਼ਖਸੀਅਤ ਨੂੰ ਦੇਖਦਿਆਂ ਹੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇਖ ਚੁੱਕੇ ਸਨ ਕਿ ਇਹ ਪੰਥ ਦੀ ਮਾਤਾ ਸਾਹਿਬ ਕੌਰਾਂ ਹੋਣਗੇ, ਇਹ ਪੰਥ ਦੇ ਜੋ ਕਿ ਹਿੱਤ ਦੇ ਲਈ ਇੱਕ ਮਾਂ ਦਾ ਰੂਪ ਹੋਵੇਗਾ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਜਦੋਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨੇ ਸਾਹਿਬ ਕੌਰਾਂ ਕਿਵੇਂ ਉਸ ਸਮੇਂ 'ਤੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ ਅਤੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਲੰਗਰ ਦੀ ਸੇਵਾ ਕਰਦੇ ਨੇ, ਆਪ ਜੀ ਦੇ ਸਨਮੁਖ ਵਿਸ਼ਰ ਜਥਾ ਬੇਨਤੀ ਇਉਂ ਕਰ ਰਿਹਾ ਜੀ। ਅੰਮ੍ਰਿਤ ਵੇਲੇ ਜਾ ਉੱਠ ਇਸ਼ਨਾਨ ਕਰਦੇ, ਅੰਮ੍ਰਿਤ ਵੇਲੇ ਜਾ ਉੱਠ ਇਸ਼ਨਾਨ ਕਰਦੇ, ਫਿਰ ਜਪਜੀ ਦਾ ਜਾਪ ਉਚਾਰਦੇ ਨੇ। ਜਾਪ ਸਾਹਿਬ ਸਵਈਏ ਤੇ ਵਾਰਿਆ ਸਾ, ਜਾਪ ਸਾਹਿਬ ਸਵਈਏ ਤੇ ਵਾਰਿਆ ਸਾ, ਸ਼ਬਦ ਪੜ੍ਹਦੇ ਜੋ ਗੁਰੂ ਸਤਿਕਾਰ ਦੇ ਨੇ। ਅੰਮ੍ਰਿਤ ਵੇਲੇ ਜਾ ਉੱਠ ਇਸ਼ਨਾਨ ਕਰਦੇ, ਅੰਮ੍ਰਿਤ ਵੇਲੇ ਜਾ ਉੱਠ ਇਸ਼ਨਾਨ ਕਰਦੇ, ਫਿਰ ਜਪਜੀ ਦਾ ਜਾਪ ਉਚਾਰਦੇ ਨੇ। ਜਾਪ ਸਾਹਿਬ ਸਵਈਏ ਤੇ ਵਾਰਿਆ ਸਾ, ਜਾਪ ਸਾਹਿਬ ਸਵਈਏ ਤੇ ਵਾਰਿਆ ਸਾ, ਸ਼ਬਦ ਪੜ੍ਹਦੇ ਜੋ ਗੁਰੂ ਸਤਿਕਾਰ ਦੇ ਨੇ। ਦਰਸ਼ਨਾ ਸੱਚੀ ਸਰਕਾਰ ਦੇ ਨੇ, ਪਾਕੇ ਝਾਤ ਪਿਆਰੇ ਦੇ ਦਰਸ਼ਨਾ ਦੀ, ਦਰਸ਼ਨਾ ਦੀ, ਦਰਸ਼ਨਾ ਦੀ, ਪਾਕੇ ਝਾਤ ਪਿਆਰੇ ਦੇ ਦਰਸ਼ਨਾ ਦੀ, ਤਾਂ ਫਿਰ ਸ਼ਰਧਾ ਦੇ ਤਾਈ ਉਤਾਰਦੇ ਨੇ। ਸਾਹਿਬ ਵੀ ਸਿਦਕ ਦੀ ਮੂਰਤ ਨੂੰ, ਗੁਰੂ ਸਾਹਿਬ ਵੀ ਸਿਦਕ ਦੀ ਮੂਰਤ ਨੂੰ ਇੱਕ ਵਾਰ ਨਾ ਨਿਤ ਨਿਹਾਰਦੇ ਨੇ। ਇੱਧਰ ਮਾਤ ਗੁਜਰੀ ਸਦਕੇ ਵਾਰ ਜਾਂਦੀ, ਇੱਧਰ ਮਾਤ ਗੁਜਰੀ ਸਦਕੇ ਵਾਰ ਜਾਂਦੀ, ਨੂੰ ਰਾਣੀ ਨੂੰ ਡਾਡਾ ਪਿਆਰ ਦੇ ਨੇ। ਵੱਖ ਕਰਦੇ, ਵੱਖ ਕਰਦੇ, ਵੱਖ ਕਰਦੇ, ਕਦੇ ਸੇਵਾ ਨਾ ਹਿਰਦੇ ਤੋਂ ਵੱਖ ਕਰਦੇ, ਮਿੱਠੇ ਬੋਲਾਂ ਤੋਂ ਆਤਮਾ ਠਾਰਦੇ ਨੇ। ਉਹ ਪੂਰੇ ਪੰਥ ਦੇ ਵਿੱਚ ਸਤਿਕਾਰ ਵਧਿਆ, ਸਤਿਕਾਰ ਵਧਿਆ, ਸਤਿਕਾਰ ਵਧਿਆ, ਪੂਰੇ ਪੰਥ ਦੇ ਵਿੱਚ ਸਤਿਕਾਰ ਵਧਿਆ, ਯਾਦ ਗਏ ਵੀ ਕਈ ਨਮਸਕਾਰ ਦੇ ਨੇ। ਉਸ ਸਮੇਂ ਤੇ ਮਾਤਾ ਸਾਹਿਬ ਕੌਰ ਜੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਪਰ ਐਸਾ ਭਾਣਾ ਵਰਤਿਆ ਪਹਾੜੀ ਰਾਜਿਆਂ ਨੇ, ਸੋਹਾਂ ਖਾਧੀਆਂ, ਝੂਠੀਆਂ ਸੋਹਾਂ ਖਾ ਕੇ ਤੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛਡਾ ਦਿੱਤਾ ਸਾਧ ਸੰਗਤ ਜੀ। ਉਸ ਤੋਂ ਬਾਅਦ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੁਰੇ ਜਾ ਰਹੇ ਨੇ
अते नाल ही सरसा नदी दे किनारे ते पहुंचे ने। भाणा वर्तिया सरसा ते काल बन के खेरू खेरू गुरु परिवार होया। कोई किसे पासे कोई किसे पासे मणका मणका ओ लालां दा हार होया। माता विछड़ी वड़े पोतियां तो वख फते तो अजीत जुझार होया। मावां नालों विछड़े अज पुत्र चारे वख महलां तो कलगी धार होया। बिखड़े पंध ते वाटा लम्मियां ने कौन जानदा किथे की खेल होना। साधु संगत जी ए तां रब दा भाणा सी इन्हां अज दे विछड़िया चौहां वीरां दा आखिर सच खंड विच मेल होना। उस समय ते परिवार विछोड़ा पे है तीन हिस्सों के विच वंडे गए ने। गुरु गोबिंद सिंह महाराज के नाल वड्डे साहबजादे साहिबजादा अजीत सिंह जी ते साहबजादा जुझार सिंह जी ने ते माता गुजर कौर जी नाल छोटे साहबजादे बाबा जोरावर सिंह जी ते बाबा फतेह सिंह जी ने अते भाई मनी सिंह जी नाल माता साहब कौर ते माता सुंदर कौर जी ने। ओह दिल्ली नू रवाना हो गए ने। गुरु कलगीधर दशमेश पिता जी चमकौर दी गढ़ी जिस विच कमसाण दा युद्ध होया अते छोटे साहबजादियां दी शहीदी सरहंद विच होई है। आखिर गुरु कलगीधर दशमेश पिता जी पड़ा दर पड़ा करदे होए कंडियाले रस्तियां दे विच दी हुंदे होए जंगल विच दी हुंदे होए आखिर कलगीधर दशमेश पिता जी मनुखता नूं तारदे होए दमदमा साहब दी धरती ते पहुंचे ने। उस धरती ते आके उन्हां ने दम लिया। इस करके उस अस्थान दा नाम दमदमा साहब दी धरती आख्या जांदा है। जदों उस धरती ते सजे होए ने ते इधर खबरां पहुंचियां ने इधर अंतर ध्यान होके दिल्ली दे विच भाई मनी सिंह ने भी तक लिया कि गुरु कलगीधर दशमेश पिता जी मालवे दी धरती दमदमा साहब दे विच ने। अते एक सिख नूं चिट्ठी भेजी गई गुरु कलगीधर दशमेश पिता जी। उन्हें भाई दीप सिंह जी बाबा दीप सिंह जी नूं भी चिट्ठी भेजी गई ते एक सिख नूं चिट्ठी दे के दिल्ली भेजिया गया है। जदों ये चिट्ठी पढ़ीए ते उस समय ते भाई मनी सिंह दे नाल माता साहब कौर ते माता सुंदर कौर जी उस समय ते तुरे ने ते आके दमदमा साहब की धरती ते पहुंचे ने। पंडाल सजिया होया लगे हुए पंडाल दे विच उस समय ते गुरु कलगीधर दशमेश पिता जी सजे हुए ने। सामने वेख के गुरु कलगीधर दशमेश पिता जी नूं ते उस समय ते ओ तांग जिहड़ी दर्शना दी ओ दूर होई है। भाई मनी सिंह ने गज वज के फतेह दी सांझ पाईए ते उस तो बाद माता साहब कौरां ते माता सुंदर कौर ने भी दीदार किते ने। दीदार करके ते आसे पासे वेखदे ने किते नजर आवे ते ओ कौन ने साहबजादे चारों साहबजादे नजर नहीं आउंदे माता गुजर कौर जी नजर नहीं आउंदे। जदों चारे पासे देखिया ते कोई नजर नहीं आ रहा दम दमे विच वेख के दम कला माता पुछदी मेरा जुझार किते अजीत सिंह किते ते जोरावर किते शाही दलां दा फतेह शिंगार किते मैनू एक भी नजर ना आवदा है गए होए ने मेरे चार किते मां मरे परदेस दा मामला है तुसी चौहां नू आए वसार किते। गुरु कलगीधर दशमेश पिता जी नू पुछदे ने स्वामी जी सानू अपने लाल नजर नहीं आ रहे साहबजादा अजीत सिंह साहबजादा जुझार सिंह साहबजादा जोरावर सिंह ते फतेह सिंह नजर नहीं आ रहे क्योंकि आखिर माए ते पुत्रां दे दर्शन करने सन पर पुत्र नजर नहीं आ रहे। ते उस समय ते गुरु कलगीधर दशमेश पिता जी नू माता साहब कौरां जी पुत्रां बारे पुछदे ने साहबजादां बारे पुछदे ने कि ओ नजर नहीं आ रहे ते गुरु कलगीधर दशमेश पिता जी दे अगे साहबजादियां बारे की कुछ पुछ रहे ने। आप जी दे सन्मुख विश्व जथा बेनती ਇਉਂ ਕਰ ਰਿਹਾ ਜੀ ਦਿੱਲੀ ਤੋਂ ਮਾਤਾ ਜੀ ਭਾਈ ਮਣੀ ਸਿੰਘ ਨਾਲ ਆਏ ਮੁੱਖੋਂ ਫਤਿਹ ਬੁਲਾ ਕੇ ਤੇ ਸ਼ਰਧਾ ਨਾਲ ਸੀਸ ਝੁਕਾਏ ਮੁੱਖੋਂ ਫਤਿਹ ਬੁਲਾ ਕੇ ਤੇ ਸ਼ਰਧਾ ਨਾਲ ਸੀਸ ਝੁਕਾਏ ਸੰਗਤਾਂ ਵਿੱਚ ਮਾਤਾ ਜੀ ਇਉਂ ਦੇਖੇ ਚਾਰ ਚੁਫੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਦਿਸਦੇ ਮੇਰੇ ਦਿੱਲੀ ਤੋਂ ਮਾਤਾ ਜੀ ਭਾਈ ਮਣੀ ਸਿੰਘ ਨਾਲ ਆਏ ਮੁੱਖੋਂ ਫਤਿਹ ਬੁਲਾ ਕੇ ਤੇ ਸ਼ਰਧਾ ਨਾਲ ਸੀਸ ਝੁਕਾਏ ਮੁੱਖੋਂ ਫਤਿਹ ਬੁਲਾ ਕੇ ਤੇ ਸ਼ਰਧਾ ਨਾਲ ਸੀਸ ਝੁਕਾਏ
ਸੰਗਤਾਂ ਵਿੱਚ ਮਾਤਾ ਜੀ ਇਉਂ ਦੇਖੇ ਚਾਰ ਚੁਫੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਦਿਸਦੇ ਮੇਰੇ ਸਭ ਸੰਗਤ ਐ ਦਿਸਦੀ ਮੇਰੇ ਲਾਲ ਨਾ ਨਜ਼ਰੀ ਆਵਣ ਮੇਰਾ ਇਹ ਦਿਲ ਕਰਦਾ ਮੈਨੂੰ ਕੁੱਟ ਗੱਲ ਵਕੜੀ ਪਾਵਣ ਮੇਰਾ ਇਹ ਦਿਲ ਕਰਦਾ ਮੈਨੂੰ ਕੁੱਟ ਗੱਲ ਵਕੜੀ ਪਾਵਣ ਮੇਰਾ ਇਹ ਦਿਲ ਕਰਦਾ ਮੈਨੂੰ ਕੁੱਟ ਗੱਲ ਵਕੜੀ ਪਾਵਣ ਉਹ ਇੱਕ ਵਾਰੀ ਦੇਖ ਲਵਾਂ ਲਾਲ ਕਿਵੇਂ ਨੇ ਫੱਬਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਇੱਕ ਵਾਰੀ ਦੇਖ ਲਵਾਂ ਲਾਲ ਕਿਵੇਂ ਨੇ ਫੱਬਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਨਾਲੇ ਮਾਤਾ ਜੀ ਦਿਸਦੇ ਨਾ ਮੈਂ ਚਰਨੀ ਸੀਸ ਚੁਕਾਵਾਂ ਸੱਸ ਮਾਂ ਦਾ ਪਿਆਰ ਲੈ ਕੇ ਮੈਂ ਸਦ ਬਲਿਆਰੇ ਜਾਵਾਂ ਸੱਸ ਮਾਂ ਦਾ ਪਿਆਰ ਲੈ ਕੇ ਮੈਂ ਸਦ ਬਲਿਆਰੇ ਜਾਵਾਂ ਉਸ ਦਾਦੀ ਦੇ ਪੋਤਿਆਂ ਨੂੰ ਮੈਂ ਦੇਖ ਲਵਾਂ ਇੱਕ ਵੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਅਨੰਦਪੁਰ ਦੀ ਧਰਤੀ ਤੇ ਰਹਿੰਦੀ ਸੀ ਹਰ ਦਮ ਤੱਕਦੀ ਚਾਰਾਂ ਪੁੱਤਰਾਂ ਨੂੰ ਦੇਖਦਿਆਂ ਮਾਂ ਦੀ ਮਮਤਾ ਨਾ ਸੀ ਥੱਕਦੀ ਚਾਰਾਂ ਪੁੱਤਰਾਂ ਨੂੰ ਦੇਖਦਿਆਂ ਮਾਂ ਦੀ ਮਮਤਾ ਨਾ ਸੀ ਥੱਕਦੀ ਜਿੰਨਾ ਨੂੰ ਦੇਖ ਭੁੱਖ ਮਿਟਦੀ ਨਜ਼ਰੀ ਨਾ ਆਵਣ ਚਿਹਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਹੱਥੀ ਕਲਗੀ ਸਜਾਉਂਦੀ ਸੀ ਉਹ ਸੀਸ ਦਮਾਲੇ ਤੱਕਾਂ ਹੱਥੀ ਕਲਗੀਆਂ ਸਜਾਉਂਦੀ ਸੀ ਉਹ ਸੀਸ ਦਮਾਲੇ ਤੱਕਾਂ ਮੈਂ ਤੱਕਦੀ ਥੱਕਾਂ ਨਾ ਦੇਖਣ ਨੂੰ ਤਰਸਣ ਅੱਖਾਂ ਮੈਂ ਤੱਕਦੀ ਥੱਕਾਂ ਨਾ ਦੇਖਣ ਨੂੰ ਤਰਸਣ ਅੱਖਾਂ ਉਹ ਮੱਖਣਾ ਨਾਲ ਪਾਲਿਆਂ ਦੇ ਇੱਕ ਵਾਰੀ ਚੁੰਮਾ ਚੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੱਖਣਾ ਨਾਲ ਪਾਲਿਆਂ ਦੇ ਇੱਕ ਵਾਰੀ ਚੁੰਮਾ ਚੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਔਖਾ ਦਰਦ ਵਿਛੋੜੇ ਦਾ ਮਮਤਾ ਮਾਂ ਦੀ ਬੜਾ ਕਰ ਲਾਉਂਦੀ ਜਿੰਦ ਹੋ ਕੇ ਪਰਦੀ ਪੁੱਤਰਾਂ ਨੂੰ ਮਿਲਣਾ ਚਾਹੁੰਦੀ ਜਿੰਦ ਹੋ ਕੇ ਪਰਦੀ ਪੁੱਤਰਾਂ ਨੂੰ ਮਿਲਣਾ ਚਾਹੁੰਦੀ ਜਗਸੀਰ ਵੀ ਆਖੇ ਖਾਲਸੇ ਵੀਰਾ ਜਸ ਗੁਣ ਤੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮੈਨੂੰ ਦੱਸ ਦਿਓ ਸਵਾਮੀ ਜੀ ਚਾਰ ਲਾਲ ਨਾ ਦਿਸਦੇ ਮੇਰੇ ਮਹਾਨੂਰ ਬਹਾਰਾਂ ਦੇ ਜਨਮ ਦਾਤਾ ਛੇੜਾ ਕਿਸ ਤਰ੍ਹਾਂ ਤੇਰੇ ਗੁਲਜ਼ਾਰ ਦੀ ਗੱਲ ਫੁੱਲ ਕੁੱਲ ਕਾਇਨਾਤ ਦੇ ਟੁੱਟ ਪੈਣੇ ਛੇੜੀ ਜਦੋਂ ਅਜੀਤ ਜੁਝਾਰ ਦੀ ਗੱਲ ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਵੇ ਛੇੜੀ ਤਾਂਹੀਓ ਨਹੀਂ ਅਜੇ ਦੀਵਾਰ ਦੀ ਗੱਲ ਗਿੱਠ ਗਿੱਠ ਲਾਲੀਆਂ ਚੜ੍ਹਦੀਆਂ ਕਿਣਕੀਆਂ ਤੇ ਛਿੜਦੀ ਜਦੋਂ ਵੀ ਤੇਰੇ ਪਰਿਵਾਰ ਦੀ ਗੱਲ ਗੱਲਾਂ ਹੈਨ ਅਨੇਕ ਜਹਾਨ ਉੱਤੇ ਸਭ ਤੋਂ ਵੱਖਰੀ ਤੇਰੇ ਇਨਸਾਨ ਦੀ ਗੱਲ ਮੇਰੀ ਕਲਮ 'ਚ ਇਤਨੀ ਨਹੀਂ ਜਾਣ ਕਿੱਥੇ ਛੇੜ ਸਕਾਂ ਮੈਂ ਤੇਰੇ ਪਰਿਵਾਰ ਦੀ ਗੱਲ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਮਾਤਾ ਸਾਹਿਬ ਕੌਰਾਂ ਪੁੱਛਦੇ ਨੇ ਸਵਾਮੀ ਜੀ
चारे लाल नजर नहीं आ रहे, गुरसिख नजर नहीं आ रहे, ਉਹ ਕਿੱਥੇ ਨੇ ਅਤੇ ਨਾਲ ਹੀ ਪਿਆਰਿਆਂ ਬਾਰੇ ਪੁੱਛਦੇ ਨੇ। ਜਦੋਂ ਪੁੱਛਦੇ ਜਾ ਰਹੇ ਨੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਮੁਸਕਰਾ ਪਏ ਨੇ ਅਤੇ ਕਹਿਣ ਲੱਗੇ ਨੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤੇ ਮਾਤਾ ਸਾਹਿਬ ਕੌਰਾਂ ਪੁੱਛਦੇ ਨੇ, ਸੱਸ ਮਾਤਾ ਮਾਤਾ ਗੁਜਰ ਕੌਰ ਜੀ ਵੀ ਨਜ਼ਰ ਨਹੀਂ ਆ ਰਹੇ। ਉਸ ਸਮੇਂ ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਨੇ, ਸਾਹਿਬ ਕੌਰਾਂ ਅੱਜ ਜਿਹੜਾ ਖਾਲਸਾ ਪੰਥ ਸਜਿਆ ਹੋਇਆ ਨਾ, ਅੱਜ ਉਹ ਸਿੰਘ ਸਜੇ ਹੋਏ ਨੇ ਨਾ, ਇਹਨਾਂ ਵਿੱਚ ਵੇਖ ਤੇਰੇ ਲਾਲ ਨਜ਼ਰ ਆ ਜਾਣਗੇ। ਜਦੋਂ ਇਹ ਗੱਲ ਕਹੀ ਉਸ ਸਮੇਂ ਤੇ ਮਾਤਾ ਸਾਹਿਬ ਕੌਰਾਂ ਪੁੱਛਦੇ ਨੇ, ਸਵਾਮੀ ਜੀ ਹਾਂ ਇਹਨਾਂ ਵਿੱਚ ਵੀ ਲਾਲ ਨਜ਼ਰ ਆਉਂਦੇ ਨੇ, ਪਰ ਤੁਸੀਂ ਇਹ ਦੱਸੋ ਕਿ ਮੇਰੇ ਨਾਦੀ ਪੁੱਤਰ ਖਾਲਸਾ ਤਾਂ ਇਹ ਸੱਜਿਆ ਪਰ ਬਿੰਦੀ ਸੰਤਾਨ ਨਜ਼ਰ ਨਹੀਂ ਆ ਰਹੀ। ਜਦੋਂ ਇਹ ਗੱਲ ਕਹੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੱਸਦੇ ਨੇ ਕਿ ਇਸ ਪੰਥ ਪਿਆਰੇ ਤੋਂ ਮੈਂ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ ਨੇ। ਸਾਹਿਬ ਕੌਰਾਂ, ਦੋ ਚਮਕੌਰ ਦੀ ਗੜੀ ਤੇ ਦੋ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿੰਨ੍ਹ ਦਿੱਤੇ ਗਏ ਨੇ ਅਤੇ ਇਹ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਇਸ ਪੰਥ ਦੀ ਖਾਤਰ ਮੈਂ ਆਪਣੇ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ ਨੇ। ਉਹ ਕਿਸ ਤਰ੍ਹਾਂ ਕੁਰਬਾਨ ਕੀਤੇ ਨੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਸੰਗਤਾਂ ਦੇ ਵਿੱਚ ਦੱਸਦੇ ਜਾ ਰਹੇ ਨੇ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਅਤੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤੇ ਹੋਰ ਸੰਗਤਾਂ ਸੁਣਦੀਆਂ ਜਾ ਰਹੀਆਂ ਨੇ ਕਿ ਉਸ ਸਮੇਂ ਤੇ ਕਿਵੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੱਸਦੇ ਨੇ ਤੇ ਸੰਗਤਾਂ ਕਿਵੇਂ ਸੁਣ ਕੇ ਵੈਰਾਗ ਦੇ ਵਿੱਚ ਆ ਰਹੀਆਂ ਨੇ। ਆਪ ਜੀ ਦੇ ਸਨਮੁਖ ਵਿਸ਼ਰ ਜਥਾ ਬੇਨਤੀ ਇਉਂ ਕਰ ਰਿਹਾ ਜੀ। ਕਲਗੀਧਰ ਪ੍ਰੀਤਮ ਜੀ ਇਉਂ ਬਚਨ ਸੁਣਾਉਂਦੇ ਨੇ, ਉਸ ਵੇਲੇ ਦੀਵਾਰ ਤੁਹਾਨੂੰ ਇਉਂ ਖੋਲ ਸੁਣਾਉਂਦੇ ਨੇ, ਉਸ ਵੇਲੇ ਦੀਵਾਰ ਤੁਹਾਨੂੰ ਇਉਂ ਖੋਲ ਸੁਣਾਉਂਦੇ ਨੇ। ਓ ਸੱਚ ਦੇ ਰਾਹ ਤੇ ਚੱਲ ਕੇ ਐਸਾ ਕਰਮ ਕਮਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ। ਓ ਕਲਗੀਧਰ ਪ੍ਰੀਤਮ ਜੀ ਇਉਂ ਬਚਨ ਸੁਣਾਉਂਦੇ ਨੇ, ਉਸ ਵੇਲੇ ਦੀਵਾਰ ਤੁਹਾਨੂੰ ਇਉਂ ਖੋਲ ਸੁਣਾਉਂਦੇ ਨੇ, ਉਸ ਵੇਲੇ ਦੀਵਾਰ ਤੁਹਾਨੂੰ ਇਉਂ ਖੋਲ ਸੁਣਾਉਂਦੇ ਨੇ। ਓ ਸੱਚ ਦੇ ਰਾਹ ਤੇ ਚੱਲ ਕੇ ਐਸਾ ਕਰਮ ਕਮਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ। ਓ ਚਮਕੌਰ ਗੜੀ ਤੇ ਆਣ ਫੌਜ ਨੇ ਘੇਰੇ ਪਾਏ ਸੀ, ਚਮਕੌਰ ਗੜੀ ਤੇ ਆਣ ਫੌਜ ਨੇ ਘੇਰੇ ਪਾਏ ਸੀ, ਕਸਮਾਂ ਪੁੱਲ ਕੁਰਾਨ ਦੀਆਂ ਜੋ ਕਹਿਰ ਕਮਾਏ ਸੀ, ਹੋ ਕਸਮਾਂ ਪੁੱਲ ਕੁਰਾਨ ਦੀਆਂ ਜੋ ਕਹਿਰ ਕਮਾਏ ਸੀ। ਹੋ ਮੱਚਦੇ ਜ਼ੁਲਮਾਂ ਦੇ ਭਾਂਬੜ ਮੱਠੇ ਕਰ ਦਿਖਲਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ। ਓ ਖੇਡੇ ਸੀ ਜਦ ਸਾਵੇਂ ਤੀਰਾਂ ਤੇ ਤਲਵਾਰਾਂ ਦੇ, ਮੇਰੇ ਸਿੰਘਾਂ ਜ਼ੋਰ ਵਿਖਾਏ ਖੰਡੇ ਦੀਆਂ ਤਾਰਾਂ ਦੇ, ਮੇਰੇ ਸਿੰਘਾਂ ਜ਼ੋਰ ਵਿਖਾਏ ਖੰਡੇ ਦੀਆਂ ਤਾਰਾਂ ਦੇ। ਓ ਰਾਸਖੀ ਦੇ ਚੱਲ ਕੇ ਜ਼ੁਲਮਾਂ ਨਾਲ ਟਕਰਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ। ਓ ਮਾਤਾ ਗੁਜਰ ਕੌਰ ਨੇ ਸਿੱਖੀ ਸਿਦਕ ਪੜਾ ਦਿੱਤੇ, ਤਾਈਓ ਮੇਰੇ ਲਾਲਾ ਲਾਲ ਚ ਜੁੱਤੀ ਨਾ ਠੁਕਰਾ ਦਿੱਤੇ, ਤਾਈਓ ਮੇਰੇ ਲਾਲਾ ਲਾਲ ਚ ਜੁੱਤੀ ਨਾ ਠੁਕਰਾ ਦਿੱਤੇ। ਓ ਦਾਦੇ ਦੇ ਰਾਹ ਚੱਲ ਕੇ ਸਿੱਖੀ ਮੈਲ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ, ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ। ਓ ਵਿੱਚ ਮੈਦਾਨ ਦੇ ਜੂਜੇ ਅਜੀਤ ਤੇ ਜੁਝਾਰ ਦੋਵੇਂ ਬਣ ਗਏ ਜੋਰਾਵਰ ਫ
ਫਤਿਹ ਸਿੰਘ ਕੌਮੀ ਸਰਦਾਰ ਦੋਵੇਂ ਬਣ ਗਏ ਜੋਰਾਵਰ ਫਤਿਹ ਸਿੰਘ ਕੌਮੀ ਸਰਦਾਰ ਦੋਵੇਂ ਹੋ ਜੋੜਾ ਜੋੜਾ ਹੋ ਕੌਮ ਲਈ ਹੱਸ ਸ਼ਹੀਦੀ ਪਾ ਗਏ ਨੇ ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ ਹੋ ਸਿੱਖ ਕੌਮ ਸਦਾ ਯਾਦ ਹੈ ਕਰਨਾ ਕਲਗੀ ਤਰਦਿਆਂ ਲਾਲਾਂ ਨੂੰ ਜਗਸੀਰ ਸਿੰਘਾਂ ਕਦ ਡੋਲੀ ਨਾ ਯਾਦ ਰੱਖੀ ਸਿੱਖੀ ਦੀਆਂ ਸ਼ਾਨਾਂ ਨੂੰ ਜਗਸੀਰ ਸਿੰਘਾਂ ਕਦ ਡੋਲੀ ਨਾ ਯਾਦ ਰੱਖੀ ਸਿੱਖੀ ਦੀਆਂ ਸ਼ਾਨਾਂ ਨੂੰ ਹੋ ਖਾਲਸੇ ਵੀਰੇ ਰਲ ਤੇਰਾ ਸਾਥ ਨਿਭਾ ਗਏ ਨੇ ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ ਮੇਰੇ ਚਾਰੇ ਲਾਲ ਪੰਥ ਦੀ ਸ਼ਾਨ ਬਣਾ ਗਏ ਨੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੱਸਦੇ ਨੇ ਕਿ ਮੈਂ ਇਸ ਪੰਥ ਪਿਆਰੇ ਤੋਂ ਆਪਣੇ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ ਨੇ ਉਸ ਸਮੇਂ ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿ ਰਹੇ ਨੇ ਇਹਨਾਂ ਵਿੱਚ ਹੀ ਜੋ ਕਿ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਦਰਸ਼ਨ ਹੋਣੇ ਨੇ ਉਹਨਾਂ ਨੇ ਕਿਹਾ ਜਿਨ੍ਹਾਂ ਖੰਡੇ ਦੀ ਧਾਰ 'ਚੋਂ ਜਨਮ ਲਿਆ ਪੁੱਤਰ ਉਹਨਾਂ ਦੇ ਸਦਾ ਸਰਦਾਰ ਜੰਮਣੇ ਡੁੱਲੇ ਹੋਏ ਸ਼ਹੀਦਾਂ ਦੇ ਖੂਨ ਵਿੱਚੋਂ ਕਈ ਅਜੀਤ ਜੰਮਣੇ ਕਈ ਜੁਝਾਰ ਜੰਮਣੇ ਸਿੱਖ ਕੌਮ ਨੇ ਕਿਸੇ ਦੀ ਈਨ ਮੰਨੀ ਇਹਨੇ ਪੰਡ ਗੁਲਾਮੀ ਦੀ ਚੁੱਕਣੀ ਨਹੀਂ ਇਹਨੂੰ ਮਾਰਦੇ ਕਈ ਮਰ ਗਏ ਪਰ ਇਹ ਮਾਰਿਆਂ ਕਿਸੇ ਦੇ ਮੁੱਕਣੀ ਨਹੀਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿ ਰਹੇ ਨੇ ਸਾਹਿਬ ਕੌਰਾਂ ਜੇ ਦਰਸ਼ਨ ਦੀਦਾਰ ਕਰਨੇ ਨੇ ਨਾ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੂੰ ਇੱਕ ਬਚਨ ਕਿਹਾ ਸੀ ਤੂੰ ਕਹਿੰਦੀ ਸੀ ਕਿ ਇਹ ਨਾਦੀ ਪੁੱਤਰ ਖਾਲਸਾ ਜੋ ਕਿ ਮੇਰੀ ਝੋਲੀ ਦੇ ਵਿੱਚ ਪਾ ਦਿਓ ਤੇ ਤੁਸੀਂ ਆਖਿਆ ਸੀ ਇਹ ਬਿੰਦੀ ਪੁੱਤਰ ਸੰਤਾਨ ਇਹ ਤਾਂ ਹਮੇਸ਼ਾ ਜੀਵਨ ਇਹਨਾਂ ਦੇ ਨਾਲ ਜੋ ਬਤੀਤ ਹੋਇਆ ਪਰ ਨਾਦੀ ਪੁੱਤਰ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਉਸ ਸਮੇਂ ਤੇ ਉਹਨਾਂ ਨੇ ਆਖਿਆ ਕਿ ਇਹ ਨਾਦੀ ਪੁੱਤਰ ਖਾਲਸਾ ਤੇਰੀ ਸੰਤਾਨ ਹੋਵੇਗਾ ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਨੇ ਭਾਗਾਂ ਵਾਲੀਏ ਨੀ ਪੁੱਤਾਂ ਵਾਲੀਏ ਨੀ ਤੇਰੀ ਅਰਜ ਤੇ ਰੱਬ ਮਿਹਰਬਾਨ ਹੋਇਆ ਤੇਰੀ ਸਦਰਾਂ ਦੀ ਗੋਦ ਭਰਪੂਰ ਹੋਈ ਰੂਪ ਖਾਲਸਾ ਤੇਰੀ ਸੰਤਾਨ ਹੋਇਆ ਇਹ ਖਾਲਸਾ ਦਾਤ ਨਿਰੰਕਾਰ ਦੀਏ ਤੇ ਨਿਰੰਕਾਰ ਵੀ ਤੇਰਾ ਜਜਮਾਨ ਹੋਇਆ ਨਾ ਇਹ ਮਰੇਗਾ ਨਾ ਹਰੇਗਾ ਦੁਨੀਆਂ ਤੋਂ ਨਾ ਕਾਲ ਦੇ ਗੇੜ ਦੇ ਵਿੱਚ ਆਊ ਇਹ ਆਜ਼ਾਦ ਹੋਊ ਦੁਨੀਆਂ ਤੇ ਰਹੂ ਫੁੱਲਦਾ ਤੇਰੀ ਗੋਦ ਨੂੰ ਭਾਗਾਂ ਦੇ ਚੰਨ ਲਾਓ ਤੇਰੀ ਗੋਦ ਨੂੰ ਭਾਗਾਂ ਦੇ ਚੰਨ ਲਾਓ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਨੇ ਸਾਹਿਬ ਕੌਰਾਂ ਇਹ ਜਿਹੜਾ ਖਾਲਸਾ ਪੰਥ ਹੈ ਇਹ ਨਿਹੰਗ ਸਿੰਘ ਜਿਹੜੇ ਚੱਕਰ ਦਮਾਲਿਆਂ ਵਾਲੇ ਨੇ ਜਿਨ੍ਹਾਂ ਤੋਂ ਹਮੇਸ਼ਾ ਕੌਮ ਨੇ ਇੱਕ ਐਸਾ ਮਾਣ ਕਰਿਆ ਕਰੇਗੀ ਕਿ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਐਸਾ ਖਾਲਸਾ ਪੰਥ ਸਾਜਿਆ ਅਤੇ ਇਹਨਾਂ ਦੀ ਮਾਤਾ ਸਾਹਿਬ ਕੌਰਾਂ ਨੇ ਤੇ ਜੇਕਰ ਤੈਨੂੰ ਕਦੇ ਵੀ ਦਰਸ਼ਨਾਂ ਦੀ ਭੁੱਖ ਹੋਵੇ ਤੇ ਇੱਕ ਗੱਲ ਯਾਦ ਕਰੀ ਇਹਨਾਂ ਦੇ ਵਿੱਚ ਹੀ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਉਹਨਾਂ ਦੇ ਦਰਸ਼ਨ ਕਰ ਲਵੇਂ ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਮਾਤਾ ਸਾਹਿਬ ਕੌਰਾਂ ਦੀ ਝੋਲੀ ਵਿੱਚ ਖਾਲਸਾ ਪੰਥ ਪਾ ਕੇ ਕੀ ਬਖਸ਼ਿਸ਼ਾਂ ਰਹਿਮਤਾਂ ਦੇ ਘਰ ਵਿੱਚ ਆ ਕੇ ਜੋ ਬਚਨ ਕਹਿ ਰਹੇ ਨੇ ਆਪ ਜੀ ਦੇ ਸਨਮੁਖ ਈਸ਼ਰ ਜਥਾ ਬੇਨਤੀ ਕਰ ਰਿਹਾ ਹੈ ਪੁੱਤ ਤੇਰੇ ਸਾਹਿਬ ਕੌਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਸਭ ਤੇਰੇ ਪੁੱਤਰ ਨੇ ਆਜੋ ਸਾਜੀ ਫੌਜੀ ਅਕਾਲੀ ਦੋਨੇ ਆਵੀ ਮਾਵਾਂ ਤੋਂ ਤੇਰੀ ਜਗਤ ਸ਼ਾਨ ਨਰਾਲੀ ਦੋਨੇ ਆਵੀ ਮਾਵਾਂ ਤੋਂ ਤੇਰੀ ਜਗਤ ਸ਼ਾਨ ਨਰਾਲੀ ਜੰਜ ਚੜਦਾ ਲਾੜਾ ਜੋ ਸਿਰ ਤੇ ਫੱਬਦੇ ਖੂਬ ਦਮਾਲੇ ਪੁੱਤ ਤੇਰੇ ਸਾਹਿਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕੋਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਸਭ ਤੇਰੇ ਪੁੱਤਰ ਨੇ ਆਜੋ ਸਾਜੀ ਫੌਜੀ ਅਕਾਲੀ ਦੋਨੇ ਆਵੀ ਮਾਵਾਂ ਤੋਂ ਤੇਰੀ ਜਗਤ ਸ਼ਾਨ ਨਰਾਲੀ ਦੋਨੇ ਆਵੀ ਮਾਵਾਂ ਤੋਂ ਤੇਰੀ ਜਗਤ ਸ਼ਾਨ ਨਰਾਲੀ ਜੰਜ ਚੜਦਾ ਲਾੜਾ ਜੋ ਸਿਰ ਤੇ ਫੱਬਦੇ ਖੂਬ ਦਮਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ
ਮੈਨੂੰ ਆਖਣਗੇ ਮਾਵਾਂ ਵਾਂਗਰ ਲਾਡ ਲੜਾ ਲੈ ਇਹ ਖਾਣ ਹੀਰਿਆਂ ਦੀ ਗੁੰਦ ਕੇ ਹਾਰ ਗਲੇ ਵਿੱਚ ਪਾ ਲੈ ਇਹ ਖਾਣ ਹੀਰਿਆਂ ਦੀ ਗੁੰਦ ਕੇ ਹਾਰ ਗਲੇ ਵਿੱਚ ਪਾ ਲੈ ਜਨਮਾਂ ਦੇ ਹੀਰੇ ਜੋ ਸੜਦਾ ਸਾਗਰ ਮਾਰੀ ਉਛਾਲੇ ਜਨਮਾਂ ਦੇ ਹੀਰੇ ਜੋ ਸੜਦਾ ਸਾਗਰ ਮਾਰੀ ਉਛਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਇਹ ਰਿਸ਼ਤੇਦਾਰੀ ਚੋਂ ਵੱਖਰਾ ਖਾਲਸਾ ਪੰਥ ਪਿਆਰਾ ਵੈਰੀ ਨਾ ਚੱਲ ਸਕੂ ਜੈਰੀ ਨਾਗਾਂ ਦਾ ਫੁੰਕਾਰਾ ਦੁਸ਼ਮਣ ਨਾ ਚੱਲ ਸਕੂ ਵੈਰੀ ਨਾਗਾਂ ਦਾ ਫੁੰਕਾਰਾ ਗੈਰਤ ਦੇ ਪੁੱਤਲੇ ਹਰਦਮ ਖਾਂਦਾ ਖੂਨ ਉਬਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਉਹ ਪੰਜਾਂ ਮਰ ਜੂੜਿਆਂ ਨੇ ਪਹਿਲਾਂ ਸੀ ਸਤਰ ਮਹਿਤਵਾਰੇ ਆ ਤੇਰੇ ਲਾਲ ਜੜੇ ਇਹ ਤਾਂ ਜਨਮ ਮਰਨ ਤੋਂ ਬਾਰੇ ਆ ਤੇਰੇ ਲਾਲ ਜੜੇ ਇਹ ਤਾਂ ਜਨਮ ਮਰਨ ਤੋਂ ਬਾਰੇ ਡਰ ਦੇਣੀ ਮੌਤ ਕੋਲੋਂ ਫਿਰਦੇ ਮਸਤੀ ਵਿੱਚ ਮਤਵਾਲੇ ਡਰ ਦੇਣੀ ਮੌਤ ਕੋਲੋਂ ਫਿਰਦੇ ਮਸਤੀ ਵਿੱਚ ਮਤਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਓ ਆਸ਼ਕ ਪਰਵਾਨੇ ਵਾਲੀ ਬਲਦੀ ਸ਼ਮਾ ਜੋ ਆਖਰ ਬਾਕੀ ਬਿਨ ਸਿਰ ਤੋਂ ਲੜਨ ਵਾਲੇ ਇਹ ਤਾਂ ਮਰੇ ਮੌਤ ਤੋਂ ਆਕੀ ਬਿਨ ਸਿਰ ਤੋਂ ਲੜਨ ਵਾਲੇ ਇਹ ਤਾਂ ਮਰੇ ਮੌਤ ਤੋਂ ਆਕੀ ਗੁਰਨਾਮ ਸਿੰਘ ਲਖਾਰੀ ਵੀ ਡਰ ਕੇ ਅੱਖਰ ਪਾਉਂਦਾ ਹਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਗੋਲ ਦਮਾਲਿਆਂ ਵਾਲੇ ਪੁੱਤ ਤੇਰੇ ਸਾਹਿਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਨੇ ਕਿ ਅੱਜ ਤੋਂ ਇਹ ਖਾਲਸਾ ਪੰਥ ਤੁਹਾਡਾ ਹੋ ਗਿਆ ਏ, ਤੁਹਾਡੀ ਇਹ ਸੰਤਾਨ ਹੈ। ਇਸੇ ਦਮਦਮਾ ਸਾਹਿਬ ਦੀ ਧਰਤੀ ਤੋਂ ਕੁਝ ਕੁ ਮੀਲ 'ਤੇ ਜੋ ਕਿ ਦਾਸ ਦਾ ਨਗਰ ਝੰਡਾ ਸਾਹਿਬ ਦੀ ਧਰਤੀ ਜੋ ਕਿ ਝੰਡਾ ਕਲਾਂ ਤੋਂ ਝੰਡਾ ਸਾਹਿਬ ਬਣਾ ਦਿੱਤਾ। ਜਦ ਸਾਹਿਬ ਨੇ ਦਰਸ਼ਨ ਦਿੱਤੇ ਬਾਬਾ ਵਲੈਤ ਸ਼ਾਹ ਫਕੀਰ ਨੂੰ ਅਤੇ ਉਸ ਸਮੇਂ 'ਤੇ ਆਨੰਦਮਈ ਹੋ ਕੇ ਬਾਬਾ ਫਕੀਰ ਬਾਬਾ ਵਲੈਤ ਸ਼ਾਹ ਕਹਿਣ ਲੱਗਾ ਹੈ ਕਿ ਸਵਾਮੀ ਜੀ ਐਸੀ ਕਿਰਪਾ ਕਰੋ ਇਸ ਨਗਰ 'ਤੇ ਮੇਰਾ ਭਰਿਆ ਹੱਥ ਹੋਵੇ ਅਤੇ ਹਮੇਸ਼ਾ ਇੱਥੋਂ ਦੇ ਲੋਕ ਸੁਖੀ ਵਸਣ ਅਤੇ ਹਮੇਸ਼ਾ ਖੁਸ਼ੀਆਂ ਖੇੜੇ ਰਹਿਣ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ਾਂ ਕੀਤੀਆਂ ਅਤੇ ਉੱਥੋਂ ਦਾ ਕੋੜਾ ਜਲ ਜੋ ਕਿ ਮਿੱਠਾ ਕੀਤਾ, ਪਾਣੀ ਬਹੁਤ ਹੀ ਕੌੜਾ ਸੀ। ਜਦ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਸ ਸਮੇਂ 'ਤੇ ਫਕੀਰ ਵਲੈਤ ਸ਼ਾਹ ਨੂੰ ਆਖਿਆ ਜਲ ਕੱਢਿਆ ਗਿਆ ਅਤੇ ਉਸ ਖੂਹ ਦੇ ਵਿੱਚੋਂ ਜਲ ਕੱਢ ਕੇ ਜਦ ਛਕਿਆ ਅਤੇ ਜਲ ਮਿੱਠਾ ਨਿਕਲਿਆ, ਉਸ ਸਮੇਂ 'ਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹ ਫਕੀਰ ਵਲੈਤ ਸ਼ਾਹ ਨੂੰ ਵੀ ਦੀਦਾਰੇ ਕੀਤੇ। ਦਾਸ ਦਾ ਕਵੀਸ਼ਰ ਜਥਾ ਉਸ ਝੰਡਾ ਸਾਹਿਬ ਦੀ ਧਰਤੀ ਤੋਂ ਦਾਸ ਭਾਈ ਜਗਸੀਰ ਸਿੰਘ ਖਾਲਸਾ ਨਾਲ ਦੇ ਸਾਥੀ ਵੀਰ ਬਲਵਿੰਦਰ ਸਿੰਘ, ਪਰਵਿੰਦਰ ਸਿੰਘ, ਦਵਿੰਦਰ ਸਿੰਘ ਖਾਲਸਾ ਬ੍ਰਦਰਸ ਕਵੀਸ਼ਰ ਜਥਾ ਆਪ ਜੀ ਦੇ ਸਨਮੁੱਖ ਪੇਸ਼ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।